ਕੋਈ ਨਾਮ ਜਪਣ ਵਾਲੇ ਨੂੰ ਪੁੱਛੋ ਭਾਈ ਸਾਨੂੰ ਲੱਗਦਾ ਹੋਏਗਾ ਕਿ ਉਹਦੇ ਉੱਤੇ ਦੁਖੜਾ ਬੜਾ ਆ ਗਿਆ, ਕਸ਼ਟ ਬੜਾ ਆਇਆ. ਹੀਜ਼ ਗਾਟ ਸੋ ਮਚ ਪੇਨ ਅਪਾਨ ਹਿਮ, ਹੀ ਡੋਨਟ ਸਟੇ ਵਾਓ. ਪਰ ਉਹ ਗੁਰਮੁਖ ਨੂੰ ਪੁੱਛ ਕੇ ਆਓ ਭਾਈ ਕਿਵੇਂ ਆ, ਉਹ ਅੱਗੇ ਆਖੂਗਾ ਭਾਈ ਚੜ੍ਹਦੀ ਕਲਾ ਉਸ ਅਕਾਲ ਪੁਰਖ ਦੀ ਕਿਰਪਾ ਆ. ਇਹ ਫਰਕ ਆ, ਦੱਸ ਡਿਫਰੈਂਸ. ਤਾਂ ਹੀ ਤਾਂ ਆਖੀਦਾ ਭਗਤਾਂ ਤੇ ਸੰਸਾਰੀਆਂ ਦਾ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚਲਣਾ. ਹੁਣ ਗੁਰਸਿੱਖ ਮਹਾਂਪੁਰਖ ਰੰਗੀਆਂ ਰੂਹਾਂ ਕਹਿਣਗੀਆਂ ਕਿ ਅਸੀਂ ਤਾਂ ਸੰਗਤ ਵਿੱਚ ਜਾਣਾ, ਜਿਹੜੇ ਦੂਸਰੇ ਬਿਰਥੀ ਦੇ ਲੋਕ ਨੇ ਉਹ ਕਹਿੰਦੇ ਅਸੀਂ ਪੱਬ ਨੂੰ ਜਾਣਾ. ਫਰਕ ਹੈ. ਨਾਮ ਜਪਣ ਵਾਲੇ ਕਹੇਗਾ ਅਸੀਂ ਮਹਾਂਪੁਰਸ਼ਾਂ ਨੂੰ ਮਿਲਣ ਜਾਣਾ, ਦੂਸਰੇ ਬਿਰਥੀ ਦੇ ਲੋਕ ਕਹਿਣਗੇ ਕਿ ਅਸੀਂ ਫਲਾਨੇ ਕੋਲ ਜਾਣਾ, ਅਸੀਂ ਬਹਿਵਾਂਗੇ. ਗੁਰਮੁਖ ਦੱਸ ਦਾ ਡਿਫਰੈਂਸ. ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚਲਣਾ. ਲਵ ਲੋਭ ਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ. ਭਗਤਾਂ ਦੀ ਚਾਲ ਨਿਰਾਲੀ ਦੁਨੀਆਂ ਤੋਂ ਰਹਿਣ ਵੱਖਰੇ, ਭਗਤਾਂ ਦੀ ਚਾਲ ਨਿਰਾਲੀ ਦੁਨੀਆਂ ਤੋਂ ਰਹਿਣ ਵੱਖਰੇ, ਭਗਤਾਂ ਦੀ ਚਾਲ ਜਪੋ ਜਪੋ. ਭਗਤਾਂ ਦੀ ਚਾਲ ਨਿਰਾਲੀ ਦੁਨੀਆਂ ਤੋਂ ਰਹਿਣ ਵੱਖਰੇ, ਭਗਤਾਂ ਦੀ ਚਾਲ ਨਿਰਾਲੀ ਦੁਨੀਆਂ ਤੋਂ ਰਹਿਣ ਵੱਖਰੇ, ਭਗਤਾਂ ਦੀ ਚਾਲ. ਬਾਬਾ ਭਗਤਾਂ ਦੀ ਚਾਲ ਨਿਰਾਲੀ ਦੁਨੀਆਂ ਤੋਂ ਰਹਿਣ ਵੱਖਰੇ, ਭਗਤਾਂ ਦੀ ਚਾਲ ਨਿਰਾਲੀ ਦੁਨੀਆਂ ਤੋਂ ਰਹਿਣ ਵੱਖਰੇ, ਜਪੋ ਭਗਤਾਂ ਦੀ ਵਾਹਿਗੁਰੂ, ਭਗਤਾਂ ਦੀ ਚਾਲ ਨਿਰਾਲੀ ਦੁਨੀਆਂ ਤੋਂ ਰਹਿਣ ਵੱਖਰੇ, ਭਗਤਾਂ ਦੀ ਚਾਲ ਨਿਰਾਲੀ ਦੁਨੀਆਂ ਤੋਂ ਰਹਿਣ ਵੱਖਰੇ, ਭਗਤਾਂ ਦੀ ਚਾਲ different paths. Aam insaan nahi hunde.